ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2 ਮੁੱਖ ਮੰਤਰੀ ਭਗਵੰਤ ਸਿੰਘ ਮਾਨ 29 ਅਗਸਤ ਨੂੰ ਬਠਿੰਡਾ ਵਿਖੇ ਖੇਡਾਂ ਦਾ ਉਦਘਾਟਨ ਕਰਨਗੇ। ਪਿਛਲੇ ਸਾਲ ਵਾਂਗ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਵਸ ਵਾਲੇ ਦਿਨ 29 ਅਗਸਤ ਨੂੰ ਇਹ ਖੇਡਾਂ ਸ਼ੁਰੂ ਹੋਣਗੀਆਂ। ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ 2 ਵਿੱਚ 5 ਨਵੀਆਂ ਖੇਡਾਂ ਸਾਈਕਲਿੰਗ, ਘੋੜਸਵਾਰੀ, ਰਗਬੀ, ਵੂਸ਼ੂ ਅਤੇ ਵਾਲੀਬਾਲ ਸ਼ਾਮਿਲ ਕੀਤੀਆਂ ਗਈਆਂ ਹਨ। 35 ਖੇਡਾਂ ਵਿੱਚ 8 ਉਮਰ ਵਰਗਾਂ ਅੰਦਰ 14, ਅੰਡਰ 17, ਅੰਡਰ 21, 21 ਤੋਂ 30 ਸਾਲ, 31 ਤੋਂ 40 ਸਾਲ, 41 ਤੋਂ 55 ਸਾਲ, 56 ਤੋਂ 65 ਸਾਲ ਅਤੇ 65 ਸਾਲ ਤੋਂ ਉਮਰ ਵਰਗ ਦੇ ਕਰਵਾਏ ਜਾਣਗੇ ਮੁਕਾਬਲੇ। ਹਫ਼ਤਾ ਭਰ ਪੰਜਾਬ ਵਿੱਚ ਜਾਣ ਵਾਲੀ ਮਸ਼ਾਲ ਮਾਰਚ ਲੁਧਿਆਣਾ ਤੋਂ ਸ਼ੁਰੂ ਹੋ ਗਿਆ ਹੈ। ਬਲਾਕ ਪੱਧਰੀ ਮੁਕਾਬਲੇ 1 ਤੋਂ 10 ਸਤੰਬਰ, ਜ਼ਿਲ੍ਹਾ ਪੱਧਰੀ ਮੁਕਾਬਲੇ 16 ਤੋਂ 26 ਸਤੰਬਰ ਅਤੇ ਸੂਬਾ ਪੱਧਰੀ ਮੁਕਾਬਲੇ 1 ਤੋਂ 20 ਅਕਤੂਬਰ ਤੱਕ ਹੋਣਗੇ। ਸੂਬਾ ਪੱਧਰੀ ਮੁਕਾਬਲੇ ਉੱਤੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਉੱਤੇ ਆਉਣ ਵਾਲਿਆਂ ਨੂੰ ਕ੍ਰਮਵਾਰ 10, 7 ਅਤੇ 5,000 ਰੁਪਏ ਦੇ ਇਨਾਮ ਵੀ ਮਿਲਣਗੇ। ਖਿਡਾਰੀਆਂ ਦੀ ਰਜਿਸਟ੍ਰੇਸ਼ਨ ਲਈ ਮੁੱਖ ਮੰਤਰੀ ਵੱਲੋਂ www.khedanvatanpanjabdiyan.com ਪੋਰਟਲ ਲਾਂਚ ਕੀਤਾ ਗਿਆ ਹੈ, ਜਿਸ ਉੱਤੇ ਖਿਡਾਰੀ ਆਪਣੀ ਰਜਿਸਟ੍ਰੇਸ਼ਨ ਕਰਵਾ ਰਹੇ ਹਨ। ਖੇਡਾਂ ਦੇ ਉਦਘਾਟਨੀ ਸਮਾਰੋਹ ਵਿਖੇ ਜਲਾਈ ਜਾਣ ਵਾਲੀ ਮਸ਼ਾਲ ਮਾਰਚ ਦੀ ਯਾਤਰਾ ਅੱਜ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਤੋਂ ਸ਼ੁਰੂ ਹੋ ਗਈ, ਜਿੱਥੇ ਪਹਿਲੇ ਸੀਜ਼ਨ ਦੀਆਂ ਖੇਡਾਂ ਦਾ ਸਮਾਪਤੀ ਸਮਾਰੋਹ ਹੋਇਆ ਸੀ। ਇਹ ਮਸ਼ਾਲ ਮਾਰਚ ਹਫ਼ਤੇ ਵਿੱਚ ਸੂਬੇ ਦੇ ਸਾਰੇ 23 ਜ਼ਿਲ੍ਹਾ ਹੈੱਡਕੁਆਟਰਾਂ ਦਾ ਟੂਰ ਕਰਕੇ 29 ਅਗਸਤ ਨੂੰ ਉਦਘਾਟਨੀ ਸਮਾਰੋਹ ਮੌਕੇ ਬਠਿੰਡਾ ਪੁੱਜੇਗੀ। ਅਥਲੈਟਿਕਸ, ਹਾਕੀ, ਫੁੱਟਬਾਲ, ਵਾਲੀਬਾਲ, ਕਬੱਡੀ, ਹੈਂਡਬਾਲ, ਮੁੱਕੇਬਾਜ਼ੀ, ਬਾਸਕਟਬਾਲ, ਕੁਸ਼ਤੀ, ਜੂਡੋ, ਤੀਰਅੰਦਾਜ਼ੀ, ਨਿਸ਼ਾਨੇਬਾਜ਼ੀ, ਪਾਵਰ ਲਿਫਟਿੰਗ, ਲੋਨ ਟੈਨਿਸ, ਬੈਡਮਿੰਟਨ, ਕਿੱਕ ਬਾਕਸਿੰਗ, ਕਾਇਕਿੰਗ, ਕੈਨੋਇੰਗ, ਖੋ ਖੋ, ਜਿਮਨਾਸਟਿਕ, ਤੈਰਾਕੀ, ਨੈੱਟਬਾਲ, ਗੱਤਕਾ, ਸ਼ਤਰੰਜ, ਟੇਬਲ ਟੈਨਿਸ, ਰੋਲਰ ਸਕੇਟਿੰਗ, ਵੇਟ ਲਿਫਟਿੰਗ, ਸੌਫਟਬਾਲ, ਰੋਇੰਗ, ਘੋੜਸਵਾਰੀ, ਸਾਈਕਲਿੰਗ, ਵੂਸ਼ੂ, ਰਗਬੀ ਅਤੇ ਤਲਵਾਰਬਾਜ਼ੀ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਸਾਲ ਜਿਹੜਾ ਕੌਮੀ ਖੇਡ ਦਿਵਸ ਹੁੰਦਾ, ਧਿਆਨ ਚੰਦ ਜੀ ਦੇ ਜਿਹੜਾ ਜਨਮ ਦਿਨ 'ਤੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ 'ਚ ਜੋ CM ਸਾਹਿਬ ਦਾ ਸੁਪਨਾ ਹੈ ਕਿ ਪੰਜਾਬ 'ਚ ਖੇਡ ਕਲਚਰ ਰਿਵਾਈਵ ਕਰਨਾ, ਉਹਦੇ ਲਈ ਖੇਡਾਂ ਵਤਨ ਪੰਜਾਬ ਦੀਆਂ ਜਿਹੜੀਆਂ ਸੂਬੇ ਭਰ 'ਚ ਕਰਵਾਈਆਂ ਗਈਆਂ ਸੀ, ਜਿਹਦੇ 'ਚ ਪਹਿਲੀ ਵਾਰ ਸੀ ਕਿ ਲੱਖਾਂ ਜਿਹੜੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਉਹਨਾਂ ਨੇ ਪਾਰਟੀਸਪੇਟ ਕੀਤਾ। ਅੱਗੇ ਕਦੇ ਖੇਡਾਂ ਦੇ ਵਿੱਚ ਸਰਕਾਰੀ ਦੇ ਵਿੱਚ 10-15 ਹਜ਼ਾਰ ਤੋਂ ਜ਼ਿਆਦਾ ਪਾਰਟੀਸਪੇਸ਼ਨ ਨਹੀਂ ਸੀ ਹੁੰਦੀ। ਪਿਛਲੀ ਵਾਰ ਇਹ ਹੈ ਕਿ ਤਕਰੀਬਨ 3 ਲੱਖ ਜਿਹੜੇ ਖਿਡਾਰੀਆਂ ਨੇ ਪਾਰਟੀਸਪੇਟ ਕੀਤਾ, ਜਿਹਦੇ ਕਰਕੇ ਤਕਰੀਬਨ ਪੰਜਾਬ ਦੇ ਹਰ ਪਿੰਡ 'ਚੋਂ ਜਿਹੜੇ ਬੱਚੇ ਆ ਉਹਨਾਂ ਜਿਹੜਾ ਟੈਲੈਂਟ ਹੈ ਜਿਹੜਾ ਉਹ ਉੱਭਰ ਕੇ ਆਇਆ। ਸੋ ਉਹਨਾਂ ਖੇਡਾਂ ਦੀ ਚਰਚਾ ਵੀ ਬਹੁਤ ਹੋਈ ਅਤੇ ਉਸ ਤੋਂ ਬਾਅਦ ਲਗਾਤਾਰ ਸਾਨੂੰ ਕਈ ਖੇਡਾਂ ਦੀ ਡਿਮਾਂਡ ਵੀ ਆ ਰਹੀ ਸੀ, ਕਿਉਂਕਿ ਪਿਛਲੇ ਵਾਰ ਤਕਰੀਬਨ 29 ਖੇਡਾਂ ਸੀ ਕਿ ਜੀ ਸਾਨੂੰ ਆਹ ਖੇਡ ਨੂੰ ਨਵੀਂ ਨੂੰ ਐਡ ਕਰੋ, ਆਹ ਖੇਡ ਨੂੰ ਨਵੀਂ ਨੂੰ ਐਡ ਕਰੋ। ਸੋ ਇਸ ਵਾਰੀ ਵੀ ਦੁਬਾਰਾ ਧਿਆਨ ਚੰਦ ਜੀ ਦੇ ਜਨਮ ਦਿਨ 'ਤੇ ਅਸੀਂ 29 ਤਰੀਕ ਨੂੰ ਮਾਣਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ 'ਚ ਬਠਿੰਡੇ ਤੋਂ ਜਿਹੜਾ ਸੀਜ਼ਨ 2 ਹੈ ਖੇਡਾਂ ਵਤਨ ਪੰਜਾਬ ਦੀ, ਉਹਨਾਂ ਦੀ ਜਿਹੜੀ ਸ਼ੁਰੂਆਤ ਹੈ ਉਹ ਕਰਨ ਜਾ ਰਹੇ ਹਾਂ ਅਤੇ ਇਹਦੇ ਵਿੱਚ ਅਸੀਂ ਨਵੀਆਂ ਖੇਡਾਂ ਜਿਵੇਂ ਕਿ ਰਗਬੀ ਹੋ ਗਿਆ, ਘੋੜਸਵਾਰੀ ਹੋ ਗਿਆ, ਸਾਈਕਲਿੰਗ ਹੋ ਗਿਆ, ਉਹ ਐਡ ਕਰਨ ਜਾ ਰਹੇ ਹਾਂ ਅਤੇ ਤਕਰੀਬਨ 35 ਖੇਡਾਂ ਜਿਹੜੀਆਂ ਇਸ ਵਾਰੀ ਖੇਡਾਂ ਵਤਨ ਪੰਜਾਬ ਦੀਆਂ 'ਚ ਐਡ ਕੀਤੀਆਂ ਗਈਆਂ ਅਤੇ 8 ਵਰਗ ਜਿਹੜੇ ਆ ਉਹ ਇਹਦੇ 'ਚ ਮਤਲਬ ਕਿ ਜਿਹੜੇ ਬਣਾਏ ਗਏ ਕਿ ਅੰਡਰ 14, ਅੰਡਰ 17, ਅੰਡਰ 21, ਫਿਰ 21 ਤੋਂ ਲੈ ਕੇ 30 ਸਾਲ, 30 ਤੋਂ ਲੈ ਕੇ 40 ਸਾਲ, ਫਿਰ 41 ਤੋਂ ਲੈ ਕੇ 55 ਸਾਲ, 55 ਤੋਂ ਲੈ ਕੇ 65 ਸਾਲ ਗਰੁੱਪ ਹੈ।
ਫਿਰ 65 ਤੋਂ ਜਿਹੜਾ ਇੱਕ ਪਲੱਸ ਵਾਲਾ ਜਿਹੜਾ ਗਰੁੱਪ ਹੈ, ਤਾਂ ਕਿ ਸਾਰੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ, ਤਾਂ ਕਿ ਸਾਰੇ ਪਾਰਟੀਸਪੇਟ ਕਰ ਸਕਣ। ਕਿਉਂਕਿ ਪਿਛਲੀ ਵਾਰੀ ਕਿ ਇੱਦਾਂ ਦੀਆਂ ਧਾਰਨਾ ਵੀ ਦੇਖਣ ਨੂੰ ਮਿਲੀਆਂ ਕਿ ਦਾਦਾ ਵੀ ਪਾਰਟੀਸਪੇਟ ਕਰ ਰਹੇ ਆ, ਉਹਦਾ ਪੁੱਤਰ ਵੀ ਕਰ ਰਿਹਾ ਅਤੇ ਪੋਤੇ ਪੋਤੀਆਂ ਵੀ ਕਰ ਰਿਹਾ। ਅਤੇ ਇਹੀ ਖੇਡ ਕਲਚਰ ਹੈ ਕਿ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਡੇ ਪਿੰਡਾਂ ਦੇ ਵਿੱਚ ਜਿਹੜਾ ਉਹ ਖੇਡਣ। ਸੋ ਉਸੇ ਦੇ ਮੱਦੇਨਜ਼ਰ 35 ਖੇਡਾਂ ਐਡ ਕੀਤੀਆਂ ਗਈਆਂ ਅਤੇ ਔਨਲਾਈਨ ਜਿਹੜਾ ਰਜਿਸਟ੍ਰੇਸ਼ਨ ਜਿਹੜੀ ਆ ਉਹ ਚਾਲੂ ਹੈ। ਅਤੇ ਸਾਰੇ ਪੰਜਾਬ ਤੋਂ ਜਿਹੜੇ ਬੱਚੇ ਨੇ ਉਹਦੇ 'ਚ, ਜਿਹੜੇ ਹੋਰ ਵੀ ਲੋਕ ਨੇ, ਖਿਡਾਰੀ ਨੇ, ਉਹ ਔਨਲਾਈਨ ਰਜਿਸਟਰ ਕਰਵਾ ਰਹੇ ਆ। ਅਤੇ ਜਿਨ੍ਹਾਂ ਨੇ ਨਹੀਂ ਕਰਵਾਇਆ, ਮੈਂ ਉਹਨਾਂ ਨੂੰ ਵੀ ਕਹੂੰਗਾ ਕਿ ਜਲਦੀ ਜਲਦੀ ਤੁਸੀਂ ਵੀ ਆ ਕੇ ਜਿਹੜਾ ਔਨਲਾਈਨ ਜਿਹੜਾ ਰਜਿਸਟਰ ਹੈ, ਜਿਹੜਾ ਤੁਸੀਂ ਵੀ ਸਾਰੇ ਜਿਹੜਾ ਉਹ ਕਰਵਾਓ। ਅਤੇ ਇਹਨਾਂ ਖੇਡਾਂ ਦੀ ਸ਼ੁਰੂਆਤ ਦੀ ਜਿਹੜੀ ਮਿਸਾਲ ਆ ਉਹ ਕੱਲ੍ਹ ਉਹਦੀ ਲੁਧਿਆਣੇ ਜ਼ਿਲ੍ਹੇ ਤੋਂ ਜਿਹੜੀ ਸ਼ੁਰੂਆਤ ਹੈ ਹੋਈ ਹੈ। ਅਤੇ ਉਹਨੇ 23 ਜ਼ਿਲ੍ਹਿਆਂ 'ਚੋਂ ਹੁੰਦੇ ਹੋਏ 29 ਤਰੀਕ ਨੂੰ ਜਿੱਥੇ ਖੇਡਾਂ ਦੀ ਓਪਨਿੰਗ ਹੈ, ਜਿੱਥੇ ਮਾਨਯੋਗ ਮੁੱਖ ਮੰਤਰੀ ਸਾਹਿਬ ਓਪਨਿੰਗ ਕਰਨਗੇ, ਬਠਿੰਡੇ ਵਿਖੇ ਜਿਹੜਾ ਉਹਨੇ ਪਹੁੰਚਣਾ। ਸੋ ਉਮੀਦ ਕਰਦਾ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੇ ਖਿਡਾਰੀ ਨੇ ਉਹ ਵੱਧ ਚੜ੍ਹ ਕੇ ਹਿੱਸਾ ਲੈਣਗੇ। ਅਤੇ ਜਿਹੜਾ ਸਾਡਾ ਸੁਪਨਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ, ਇਹਨੂੰ ਸੂਬੇ ਨੂੰ ਦੁਬਾਰਾ ਖੇਡਾਂ ਦੇ ਵਿੱਚ ਅੱਵਲ ਲੈ ਕੇ ਆਉਣਾ, ਪਹਿਲੇ ਨੰਬਰ 'ਤੇ ਲੈ ਕੇ ਆਉਣਾ, ਖੇਡ ਕਲਚਰ ਨੂੰ ਰਿਵਾਈਵ ਕਰਨ ਲਈ ਜਿਹੜੇ ਪੰਜਾਬ ਦੇ ਸਾਰੇ ਲੋਕ ਨੇ ਇਹਦੇ ਵਿੱਚ ਸਹਿਯੋਗ ਕਰਨ। ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ ਟੀਵੀ ਔਰ ਬੈਲ ਆਈਕਨ ਦਬਾਨਾ ਨਾ ਭੁਲੇ।